ਜਦੋਂ ਸਿਹਤ ਸੁਵਿਧਾਵਾਂ ਦੀ ਕਮੀ ਕਰਕੇ ਕਿਸੇ ਗਰੀਬ ਆਮ ਸਧਾਰਨ ਪੰਜਾਬੀ ਦੇ ਰਿਸ਼ਤੇਦਾਰ ਦੀ ਪਰਿਵਾਰਿਕ ਮੈਂਬਰ ਦੀ ਮੌਤ ਹੋ ਜਾਂਦੀ ਆ, ਉਦੋਂ ਤਾਂ ਕਿਸੇ ਵਿਰੋਧੀ ਨੇ ਰੌਲਾ ਨਹੀਂ ਇਸ ਤਰੀਕੇ ਨਾਲ ਪਾਇਆ। ਜਦੋਂ ਹਸਪਤਾਲਾਂ 'ਚ ਕੂੜੇ ਦੇ ਢੇਰ ਲੱਗ ਜਾਂਦੇ ਆ, ਕਿਸੇ ਵਿਰੋਧੀ ਪਾਰਟੀ ਦੇ ਬੰਦੇ ਨੇ ਰੌਲਾ ਨਹੀਂ ਪਾਇਆ। ਜਦੋਂ ਹੈਲਥ ਡਿਪਾਰਟਮੈਂਟ 'ਚ ਵੱਡੇ ਵੱਡੇ ਸਕੈਮ ਹੁੰਦੇ ਰਹੇ ਆ, ਉਦੋਂ ਕਿਸੇ ਵਿਰੋਧੀ ਪਾਰਟੀ ਦੇ ਲੀਡਰ ਨੇ ਇਸ ਤਰੀਕੇ ਨਾਲ ਰੌਲਾ ਨਹੀਂ ਪਾਇਆ। ਅਤੇ ਜੇ ਮਾਨ ਸਾਹਿਬ ਦੀ ਅਗਵਾਈ ਵਾਲੀ ਸਰਕਾਰ ਦੇ ਹੈਲਥ ਮਿਨਿਸਟਰ, ਔਰ ਇਹ ਕੱਲ੍ਹ ਪਹਿਲੀ ਵਾਰ ਫਰੀਦਕੋਟ ਨਹੀਂ ਗਏ, ਪਿਛਲੇ ਇੱਕ ਮਹੀਨੇ ਤੋਂ ਲਗਾਤਾਰ ਗਰਾਊਂਡ ਜ਼ੀਰੋ 'ਤੇ ਜਾ ਕੇ ਸਿਹਤ ਮੰਤਰੀ ਸਾਹਿਬ ਆਪ ਪੂਰੇ ਸਿਹਤ ਸੁਵਿਧਾਵਾਂ ਦਾ ਮੁਆਇਨਾ ਕਰ ਰਹੇ ਆ, ਨਿਰੀਕਸ਼ਣ ਕਰ ਰਹੇ ਆ, ਤਾਂ ਕਿ ਇਹਨੂੰ ਅਪਗ੍ਰੇਡ ਕਿਸ ਤਰ੍ਹਾਂ ਕਰਨਾ, ਕਿਉਂਕਿ ਮਾਨ ਸਾਹਿਬ ਦੀ ਸਰਕਾਰ ਦਾ ਇਹ ਵਾਅਦਾ ਪੰਜਾਬ ਦੇ ਲੋਕਾਂ ਦਾ ਕਿ ਅਸੀਂ ਚੰਗੀਆਂ ਸਿਹਤ ਸੁਵਿਧਾਵਾਂ ਦੇਣੀਆਂ, ਖਾਸ ਕਰ ਗੌਰਮੈਂਟ ਜਿਹੜੀਆਂ ਸਰਕਾਰੀ, ਕਿਉਂਕਿ ਇੱਥੇ ਗਰੀਬ ਆਮ ਸਧਾਰਨ ਲੋਕ ਜਿਹੜਾ ਹੈ ਇਲਾਜ ਕਰਵਾਉਂਦੇ ਆ। ਉਸ ਸਿਲਸਿਲੇ 'ਚ ਕੱਲ੍ਹ ਫਰੀਦਕੋਟ ਵੀ ਗਏ ਆ, ਔਰ ਉੱਥੋਂ ਦੇ ਜਿਹੜੇ ਹਾਲਾਤ ਆ ਹੋਸਪਿਟਲ ਦੇ, ਯੂਨੀਵਰਸਿਟੀ ਜਿਹੜੇ ਮੈਡੀਕਲ ਕਾਲਜ ਦੇ, ਮੈਂ ਤੁਹਾਨੂੰ ਦੱਸ ਦਿੰਦਾ। ਆਹ ਜਿਹੜਾ ਬੈੱਡ, ਆਹ ਬੈੱਡ ਦੇ ਹਾਲਾਤ ਸੀ ਜਿੱਥੇ ਇਹ ਸਕਿਨ ਡਿਪਾਰਟਮੈਂਟ ਦਾ ਫੋਟੋ ਹੈ, ਸਕਿਨ ਡਿਪਾਰਟਮੈਂਟ ਜਿਹੜਾ ਬਾਬਾ ਫਰੀਦ ਯੂਨੀਵਰਸਿਟੀ ਦੇ ਸਕਿਨ ਡਿਪਾਰਟਮੈਂਟ ਦਾ ਫੋਟੋ ਹੈ, ਜਿੱਥੇ ਚਮੜੀ ਰੋਗ ਕੀ ਜਿਹੜੇ ਹੁੰਦੇ ਉਹਨਾਂ ਦਾ ਇਲਾਜ ਹੁੰਦਾ, ਅਤੇ ਉੱਥੇ ਇਹ ਹਾਲਾਤ ਹੈ। ਅਤੇ ਆਪ ਹੀ ਮੰਨ ਸਕਦੇ ਹਾਂ, ਆਪ ਹੀ ਆਪਾਂ ਸੋਚ ਸਕਦੇ ਹਾਂ, ਪੰਜਾਬ ਦੇ ਆਮ ਗਰੀਬਾਂ ਨੂੰ ਕਿਸ ਤਰ੍ਹਾਂ ਦੀ ਸਿਹਤ ਮਿਲਦੀ ਰਹੀ ਹੋਊਗੀ। ਹੁੰਦਾ ਇਹ ਰਿਹਾ, ਮੈਂ ਕੰਕਲੂਡ ਕਰ ਰਿਹਾ, ਹੁੰਦਾ ਇਹ ਰਿਹਾ ਹੈ ਕਿ ਚਾਹੇ ਅਕਾਲੀ ਦਲ ਬਾਦਲ ਸਾਹਿਬ ਦੀ ਸਰਕਾਰ ਰਹੀ ਹੋਵੇ, ਚਾਹੇ ਕਾਂਗਰਸ ਦੀ ਰਹੀ ਹੋਵੇ, ਸਿਹਤ ਸੁਵਿਧਾਵਾਂ ਅਤੇ ਗਰੀਬਾਂ ਲਈ ਕੀ ਅਪਗ੍ਰੇਡ ਹੋਣੀਆਂ, ਸਿਹਤ ਮੰਤਰੀਆਂ ਦੇ ਵੱਡੇ ਵੱਡੇ ਸਕੈਂਡਲ ਅਤੇ ਸਕੈਮ ਦੇ ਦੋਸ਼ ਹਮੇਸ਼ਾ ਬਾਹਰ ਆਏ ਆ। ਅਤੇ ਜੇ ਅੱਜ ਮੁੱਖ ਮੰਤਰੀ ਜੀ ਦੀ ਅਗਵਾਈ 'ਚ ਇੱਕ ਸਿਹਤ ਮੰਤਰੀ ਗਰਾਊਂਡ ਜ਼ੀਰੋ 'ਤੇ ਜਾ ਕੇ ਉਹਨਾਂ ਨੂੰ ਬਿਹਤਰ ਕਰਨ ਦੀ ਕੋਸ਼ਿਸ਼ ਕਰ ਰਿਹਾ ਅਤੇ ਸਵਾਲ ਖੜ੍ਹੇ ਕਰ ਰਿਹਾ, ਹਾਂ ਇੱਕ ਗੱਲ ਮੈਂ ਜ਼ਰੂਰ ਕਹਿਣਾ ਚਾਹੁੰਦਾ, ਡਾਕਟਰ ਫਰਟੀ ਜਿੰਨੀ ਵੀ ਸਾਡੇ ਡਾਕਟਰ ਸਾਹਿਬਾਨ ਹੈ, ਸਾਡੇ ਮੈਨੇਜਮੈਂਟ ਜਿਹੜੇ ਮੈਡੀ, ਉਹਨਾਂ ਦਾ ਹੀ ਸਤਿਕਾਰ ਕਰਦੇ ਹਾਂ। ਉਹ ਪੰਜਾਬ ਦੀ ਸਿਹਤ ਸੁਵਿਧਾਵਾਂ ਨੂੰ ਬਿਹਤਰ ਬਣਾਉਣ 'ਚ ਰੀੜ੍ਹ ਦੀ ਹੱਡੀ ਦਾ ਕੰਮ ਕਰਨਗੇ, ਕਿਉਂਕਿ ਹੁਣ ਇੱਕ ਯੋਗ ਅਗਵਾਈ ਪੰਜਾਬ ਨੂੰ ਮਿਲੀ ਆ, ਉਹਨਾਂ ਦੇ ਸਤਿਕਾਰ 'ਚ, ਉਹਨਾਂ ਦੇ ਸਨਮਾਨ 'ਚ ਅਸੀਂ ਕਿਸੇ ਤਰ੍ਹਾਂ ਦਾ ਨਾ ਕੋਈ ਕੰਪਰੋਮਾਈਜ਼ ਪਹਿਲਾਂ ਕੀਤਾ, ਨਾ ਅਸੀਂ ਕਰਦੇ ਹਾਂ, ਉਹਨਾਂ ਦਾ ਸਤਿਕਾਰ ਹੈ। ਅਨਫੋਰਚੁਨੇਟਲੀ ਇੱਕ ਇੰਸੀਡੈਂਟ ਇਸ ਤਰੀਕੇ ਦਾ ਆ ਗਿਆ ਜਿਹੜੀਆਂ ਤਸਵੀਰਾਂ 'ਚ ਕੈਦ ਹੋ ਗਿਆ, ਲੇਕਿਨ ਮੰਤਰੀ ਸਾਹਿਬ ਦੀ ਜਿਹੜੀ ਇੰਟੈਂਸ਼ਨ ਸੀ ਉਹ ਇਹ ਸੀ ਕਿ ਪੰਜਾਬ ਦੇ ਲੋਕਾਂ ਨੂੰ, ਗਰੀਬ ਲੋਕਾਂ ਨੂੰ ਖਾਸ ਕਰ, ਕਿਉਂਕਿ ਅਮੀਰ ਜਿਹੜੇ ਵੱਡੇ ਆ ਉਹ ਤਾਂ ਪ੍ਰਾਈਵੇਟ ਹਸਪਤਾਲਾਂ 'ਚ ਇਲਾਜ ਕਰਾ ਲੈਂਦੇ ਆ, ਉਹਨਾਂ ਨੂੰ ਕਿਸ ਤਰ੍ਹਾਂ ਦੀ ਸਿਹਤ ਜਿਹੜੀ ਆ ਸਹੂਲਤ ਦਿੱਤੀ ਜਾ ਰਹੀ, ਉਹਨੂੰ ਉਜਾਗਰ ਕਰਨ ਦਾ ਮਕਸਦ ਸੀ। ਸੋ ਇਹਦੇ ਪਿੱਛੇ ਇੰਟੈਂਸ਼ਨ ਬੜੀ ਸਾਫ਼ ਸੀ, ਔਰ ਆਉਣ ਵਾਲੇ ਟਾਈਮ 'ਚ ਇਹਨੂੰ ਅਪਗ੍ਰੇਡ ਕਰਾਂਗੇ। ਮੈਂ ਕਹਿੰਦਾ ਵੀ ਚਲੋ ਇਸ਼ੂ ਤਾਂ ਇਹ ਬਣਨਾ ਚਾਹੀਦਾ, ਔਰ ਅਸੀਂ ਬਣਾਵਾਂਗੇ ਕਿ ਪੰਜਾਬ ਦਾ ਹੈਲਥ ਡਿਪਾਰਟਮੈਂਟ ਦੀ ਜਿਹੜੀ ਸਿਚੁਏਸ਼ਨ ਹੈ ਕਿੰਨੀ ਪੂਅਰ, ਔਰ ਉਹਦੇ ਕਾਰਨ ਔਰ ਉਹਦੇ ਲਈ ਜ਼ਿੰਮੇਵਾਰ ਲੋਕ ਕੌਣ ਹੈ, ਉਹ ਵੀ ਉਜਾਗਰ ਕਰਾਂਗੇ ਮਾਨ ਸਾਹਿਬ ਦੀ ਅਗਵਾਈ 'ਚ। ਮਾਨ ਸਾਹਿਬ ਦੀ ਅਗਵਾਈ 'ਚ ਅਸੀਂ ਪੂਰਾ ਬੁਨਿਆਦੀ ਢਾਂਚਾ ਸਿਹਤ ਸੁਵਿਧਾਵਾਂ ਦਾ ਬਿਹਤਰ ਕਰਨ ਵਾਲੇ ਪਾਸੇ ਲੱਗੇ ਹੋਏ ਹਾਂ, ਚਾਹੇ ਮੁਹੱਲਾ ਕਲੀਨਿਕ ਦੀ ਗੱਲ ਹੈ, ਚਾਹੇ ਹੋਸਪਿਟਲ ਦੀ ਗੱਲ ਹੈ। ਔਰ ਈਵਨ ਮੈਂ ਵੀ ਕਹਿਣਾ ਚਾਹੁੰਦਾ, ਕੱਲ੍ਹ ਜਦੋਂ ਬਠਿੰਡੇ 'ਚ ਗਏ, ਜਦੋਂ ਉੱਥੇ ਉਹਨਾਂ ਨੇ ਚੰਗੇ ਪ੍ਰਬੰਧ ਦੇਖੇ ਸਿਹਤ ਮੰਤਰੀ ਜੀ ਨੇ, ਅਤੇ ਉਹਨਾਂ ਨੇ ਐਪਰੀਸ਼ੀਏਟ ਵੀ ਕੀਤਾ, ਉਹਨਾਂ ਨੇ ਤਾਰੀਫ ਵੀ ਕੀਤੀ। ਦੇਖੋ ਡਾਕਟਰ ਸਾਹਿਬ ਦਾ ਅਸੀਂ ਸਤਿਕਾਰ ਕਰਦੇ ਹਾਂ, ਸਨਮਾਨ ਕਰਦੇ ਹਾਂ, ਡਾਕਟਰ ਰਾਜ ਬਹਾਦੁਰ ਆਪਣੇ ਆਪ 'ਚ ਬਹੁਤ ਮੰਨੇ ਪਰਮੰਨੇ ਡਾਕਟਰ ਆ, ਪੀ ਜੀ ਆਈ 'ਚ ਵੀ ਰਹੇ ਆ, ਮੈਨੂੰ ਪਤਾ ਨਿੱਜੀ ਤੌਰ 'ਤੇ ਵੀ ਜਾਣਦਾ ਮੈਂ, ਲੇਕਿਨ ਸਿਹਤ ਮੰਤਰੀ ਸਾਹਿਬ ਦੀ ਜਿਹੜੀ ਇੰਟੈਂਸ਼ਨ ਸੀ ਉਹ ਵੀ ਬਿਲਕੁਲ ਕਲੀਨ ਹੈ, ਸਾਫ਼ ਹੈ, ਉਹਦੇ 'ਚ ਕਿਸੇ ਤਰ੍ਹਾਂ ਦਾ ਉਹਨਾਂ ਦੀ ਮਕਸਦ ਨਹੀਂ ਸੀ, ਮੰਸ਼ਾ ਨਹੀਂ ਸੀ ਕਿਸੇ ਦੀ ਤੋਹੀਨ ਕਰਨੀ, ਮਕਸਦ ਇੱਕੋ ਹੀ ਆ ਮਾਨ ਸਾਹਿਬ ਦੀ ਸਰਕਾਰ ਦਾ ਕਿ ਪੰਜਾਬ ਦੀ ਮੌਜੂਦਾ ਸਿਹਤ ਸੁਵਿਧਾਵਾਂ ਨੂੰ ਅਪਗ੍ਰੇਡ ਕਰਕੇ ਗਰੀਬ ਲੋਕਾਂ ਨੂੰ, ਉੱਥੇ ਜਾ ਕੇ ਗੱਲ ਤਾਂ ਕਰੋ ਤੁਸੀਂ, ਉੱਥੇ ਸਧਾਰਨ ਪੰਜਾਬੀਆਂ ਨਾਲ ਗੱਲ ਕਰੋ, ਉੱਥੇ ਕਿਸ ਤਰ੍ਹਾਂ ਦਾ ਉਹਨਾਂ ਦਾ ਰਵੱਈਆ ਪੇਸ਼ ਆ ਰਿਹਾ ਮੈਨੇਜਮੈਂਟ ਵੱਲੋਂ, ਉੱਥੇ ਕਿਸ ਤਰ੍ਹਾਂ ਦੀਆਂ, ਕਿਸ ਤਰੀਕੇ ਨਾਲ ਗੰਦਗੀ ਦੇ ਪਹਾੜ ਬਣੇ ਆ, ਕਿਸ ਤਰੀਕੇ ਨਾਲ ਬੇਸਿਕ ਜਿਹੜੀਆਂ ਸੁਵਿਧਾਵਾਂ ਉਹ ਵੀ ਨਹੀਂ ਮਿਲ ਰਹੀਆਂ। ਆਹ ਗੱਦੇ ਦਾ ਫੋਟੋ ਤਾਂ ਮੈਂ ਤੁਹਾਡੇ ਸਾਹਮਣੇ, ਆਹ ਹਾਲਾਤ ਹੈ ਉੱਥੇ ਹੋਸਪਿਟਲ ਦੇ। ਨਹੀਂ ਨਹੀਂ ਇਹਨਾਂ ਦਾ ਮੈਂ ਜਵਾਬ ਦੇਣਾ, ਮੈਂ ਕੀ ਕਿਹਾ ਡਾਕਟਰ ਸਾਹਿਬ, ਕੌਣ ਨੇ ਕਿਹਾ, ਮੈਂ ਕੀ ਕਹਿ ਰਿਹਾ, ਅਸੀਂ ਕੋਈ ਉਹਨੂੰ ਇਹ ਨਹੀਂ ਕਹਿ ਰਹੇ, ਵੀ ਮੈਂ ਤਾਂ ਪਹਿਲਾਂ ਹੀ ਕਹਿ ਰਿਹਾ, ਅਨਫੋਰਚੁਨੇਟਲੀ ਇਹ ਇੱਕ ਐਸਾ ਇੰਸੀਡੈਂਟ ਉਸ ਮੌਕੇ 'ਤੇ ਹੋ ਗਿਆ, ਮੈਨੂੰ ਲੱਗਦਾ ਜਿਹੜਾ ਨਹੀਂ ਹੋਣਾ ਚਾਹੀਦਾ ਸੀ, ਲੇਕਿਨ
ਜਦੋਂ ਪੰਜਾਬ 'ਚ ਉਹ ਇਹ ਗੱਲ ਸੋਚ ਲਓ, ਜਦੋਂ ਪੰਜਾਬ 'ਚ ਕੋਈ ਕਾਂ ਵੀ ਮਰ ਜਾਂਦਾ, ਕੋਈ ਕੁੱਤਾ ਵੀ ਮਰ ਜਾਂਦਾ, ਤਾਂ ਸਾਡੇ ਵਿਰੋਧੀ ਹਰ ਮਾਨ ਸਾਹਿਬ ਨੂੰ ਜ਼ਿੰਮੇਵਾਰ ਠਹਿਰਾ ਦਿੰਦੇ ਆ, ਠਹਿਰਾਉਂਦੇ ਕਿ ਨਹੀਂ ਠਹਿਰਾ ਦਿੰਦੇ ਉਦੋਂ ਤੇ ਜੇ ਇਹ ਕਿਸੇ ਇੰਸਟੀਚਿਊਟ ਦੇ ਹੈੱਡ ਦੇ ਅੰਡਰ ਇਹ ਇਸ ਤਰ੍ਹਾਂ ਦੇ ਪੂਅਰ ਸਿਚੁਏਸ਼ਨ ਐਸੀ ਸਥਿਤੀ ਬਣੀ ਹੈ, ਤੇ ਹੂ ਇਜ਼ ਦਾ ਰਿਸਪੋਂਸੀਬਲ? ਮੈਨੂੰ ਲੱਗਦਾ ਹੈੱਡ ਆਫ ਇੰਸਟੀਚਿਊਟ ਉਹਦੇ ਲਈ ਜ਼ਿੰਮੇਵਾਰ ਤਾਂ ਦੇਖੋ ਹੈਗਾ। ਮੈਂ ਕਹਿ ਅਸੀਂ ਤਾਂ ਕਹਿ ਰਹੇ ਹਾਂ ਕਿ ਸਾਡੀ ਸਰਕਾਰ ਤਾਂ ਪੂਰੀ ਇਸ ਮਾਮਲੇ 'ਤੇ ਲੱਗੀ ਹੋਈ ਆ। 15 ਅਗਸਤ ਨੂੰ ਜਿਹੜੇ 75 ਮੁਹੱਲਾ ਕਲੀਨਿਕ ਜਿੱਥੇ ਬੇਸਿਕ ਸਿਹਤ ਸਹੂਲਤਾਂ ਦਿੱਤੀਆਂ ਜਾਣਗੀਆਂ, ਨਾਲ ਨਾਲ ਜਿਹੜੇ ਹੋਸਪਿਟਲ ਹੈ ਉਹਨੂੰ ਅਪਗ੍ਰੇਡ ਕਰਾਂਗੇ, 15 ਨਵੇਂ ਮੈਡੀਕਲ ਕਾਲਜ ਬਣਾਉਣ ਦਾ ਪ੍ਰੋਵੀਜ਼ਨ ਵੀ ਮਾਨ ਸਾਹਿਬ ਦੀ ਸਰਕਾਰ ਨੇ ਬਜਟ 'ਚ ਰੱਖਿਆ, ਪਟਿਆਲੇ 'ਚ ਇੱਕ ਮਲਟੀ ਸਪੈਸ਼ਲਿਟੀ ਹੋਸਪਿਟਲ ਬਣਾਉਣ ਦੀ ਜਿਹੜੀ ਗੱਲ ਵੀ ਪਿਛਲੇ ਬਜਟ 'ਚ ਆਈ, ਅਸੀਂ ਉਸ ਪਾਸੇ ਤਨਦੇਹੀ ਨਾਲ ਲੱਗੇ ਹੋਏ ਹਾਂ। ਹਾਂ, ਮੈਂ ਤਾਂ ਪਹਿਲਾਂ ਹੀ ਕਹਿ ਚੁੱਕਿਆ, ਪਿਛਲੀਆਂ ਸਰਕਾਰਾਂ ਦੀ ਧਿਆਨ ਜਿਹੜਾ ਸੀ ਉਹ ਹੋਸਪਿਟਲ ਨੂੰ ਅਪਗ੍ਰੇਡ ਕਰਨ ਜਾਂ ਮਰੀਜ਼ਾਂ ਦੀ ਸਿਹਤ ਸੁਵਿਧਾਵਾਂ ਬਿਹਤਰ ਕਰਨ 'ਚ ਨਹੀਂ ਸੀ, ਵੱਡੇ ਵੱਡੇ ਸਕੈਂਡਲ ਸਕੈਮ ਕਰਨ ਸੀ। ਔਰ ਉਹਦੇ ਉਦਾਹਰਣ ਸਿਹਤ ਮੰਤਰੀ ਬਲਵੀਰ ਸਿੱਧੂ ਦੇ ਜਿਹੜੇ ਦੋਸ਼ ਲੱਗ ਰਹੇ ਉਹ ਤੁਹਾਡੇ ਸਾਹਮਣੇ। ਦੇਖੋ, ਜਦੋਂ ਅਸੀਂ ਮੁਹੱਲਾ ਕਲੀਨਿਕ ਬਣਾਉਣੇ ਸ਼ੁਰੂ ਕੀਤੇ ਉਦੋਂ ਕਹਿੰਦੇ ਜੀ ਹੋਸਪਿਟਲ ਅਪਗ੍ਰੇਡ ਕਰੋ, ਜਦੋਂ ਸਾਡੇ ਸਿਹਤ ਮੰਤਰੀ ਹੋਸਪਿਟਲ ਜਾ ਕੇ ਵਿਜਿਟ ਕਰ ਰਹੇ ਜੀ ਇਹ ਗਲਤ ਕਰ ਰਿਹਾ। ਸੋ ਵਿਰੋਧੀ ਜਿਹੜੇ ਆ, ਔਰ ਈਵਨ ਮੈਂ ਇੱਕ ਗੱਲ ਦਾ ਹੋਰ ਜਵਾਬ ਦੇ ਦਿਉ, ਆਖੇ ਜੀ ਉਹ ਹੈਲਥ ਮਿਨਿਸਟਰ ਦੀ ਐਜੂਕੇਸ਼ਨ 'ਤੇ ਸਵਾਲ ਉਠਾਏ ਜਾ ਰਹੇ। ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਹਾਂ, ਜਿਹੜੇ ਬਲਵੀਰ ਸਿੰਘ ਸਿੱਧੂ ਆ ਉਹਨਾਂ ਦੀ ਕਿਹੜੀ MBBS ਹੈ ਦੱਸ ਦੇਣ ਮੈਨੂੰ। ਜਿਹੜੇ ਉਹ ਬਣੇ ਸੀ OP ਸੋਨੀ ਸਾਹਿਬ ਉਹਨਾਂ ਦਾ ਐਜੂਕੇਸ਼ਨ ਬੈਕਗ੍ਰਾਊਂਡ ਕੀ ਆ ਦੱਸ ਦੇਣ ਮੈਨੂੰ। ਸੋ ਗੱਲ ਇਹ ਨਹੀਂ ਗੀ, ਗੱਲ ਮਨਸ਼ਾ ਬੜੀ ਸਾਫ਼ ਹੈ। ਔਰ ਡਾਕਟਰ ਸਾਹਿਬ ਔਰ ਜਿੰਨੀ ਵੀ ਸਾਡੇ ਜਿਹੜੇ ਸਿਹਤ ਕਰਮਚਾਰੀ ਉਹਨਾਂ ਦਾ ਅਸੀਂ ਸਤਿਕਾਰ ਸਨਮਾਨ ਕਰਦੇ ਹਾਂ, ਔਰ ਉਹਨਾਂ ਦੀ ਸਾਰਿਆਂ ਦੇ ਸਹਿਯੋਗ ਨਾਲ। ਦੇਖੋ ਆਗੂ ਮਾਨ ਸਾਹਿਬ ਹੈ, ਲੇਕਿਨ ਅਸੀਂ ਸਾਰੇ ਡਿਪਾਰਟਮੈਂਟ ਦੇ ਚਾਹੇ ਉਹ ਕਰਮਚਾਰੀ ਹੈ ਚਾਹੇ ਡਾਕਟਰ ਸਾਹਿਬਾਨ ਹੈ ਚਾਹੇ ਕੋਈ ਵੀ ਹੈ, ਉਹ ਅਸੀਂ ਇੱਕ ਟੀਮ ਦਾ ਹਿੱਸਾ ਹੈ। ਸਾਰੇ ਹੀ ਡਾਕਟਰ ਸਾਹਿਬਾਨਾਂ ਦੀ ਟੀਮ ਦੇ ਰੂਪ 'ਚ ਸੇਵਾਵਾਂ ਲੈ ਕੇ ਪੰਜਾਬ ਨੂੰ ਬਿਹਤਰ। ਦੇਖੋ ਮੇਰੀ ਗੱਲ ਸੁਣੋ, ਕੱਲ ਸਿਹਤ ਮੰਤਰੀ ਸਾਹਿਬ ਬਠਿੰਡੇ ਵੀ ਗਏ, ਬਠਿੰਡੇ ਜਾ ਕੇ ਉੱਥੇ ਉਹਨਾਂ ਨੇ ਦੇਖਿਆ ਵੀ ਚੰਗਾ ਇੰਤਜ਼ਾਮ ਸੀਗਾ, ਔਰ ਉਹਨਾਂ ਨੇ ਐਪਰੀਸ਼ੀਏਟ ਕੀਤਾ ਉੱਥੇ ਇੱਕ ਡਾਕਟਰ ਸਾਹਿਬਾਨ ਦਾ ਜਿਹੜੇ ਉੱਥੇ ਇੰਚਾਰਜ ਸੀ, ਔਰ ਇਹ ਵੀਡੀਓ ਵਾਇਰਲ ਹੋਈ। ਸੋ ਇਹਦਾ ਮਤਲਬ ਇਹ ਨਹੀਂ ਗਾ ਵੀ ਅਸੀਂ ਇੱਕ ਪੱਖ ਦੇਖ ਲੈਂਦੇ ਹਾਂ, ਔਰ ਉਹਦੇ 'ਚ ਮੈਂ ਤਾਂ ਮੰਨ ਰਿਹਾ ਡਾਕਟਰ ਸਾਹਿਬ ਜਿਹੜਾ ਕੱਲ੍ਹ ਫਰੀਦਕੋਟ 'ਚ ਹੋਇਆ ਮੈਨੂੰ ਲੱਗਦਾ ਉਹ ਇਸ ਤਰ੍ਹਾਂ ਦਾ ਅਨਫੋਰਚੁਨੇਟ ਇੰਸੀਡੈਂਟ ਨਹੀਂ ਹੋਣਾ ਚਾਹੀਦਾ, ਅਸੀਂ ਮੰਨਦੇ ਸੀ। ਕਿਹਨਾਂ ਨੂੰ? ਦੇਖੋ ਮੈਨੂੰ ਲੱਗਦਾ ਹੈ ਵੀ ਅਸਤੀਫੇ ਦੇਣ ਨਾਲ ਮਾਫੀਆ ਮੰਗਣ ਨਾਲ ਮਸਲੇ ਦਾ ਹੱਲ ਨਹੀਂ ਹੁੰਦਾ। ਇਸ ਫਿਰ ਮਾਫੀਆ ਤਾਂ ਪੰਜਾਬ ਦੇ ਲੋਕਾਂ ਕੋਲ ਮੰਗਣ ਨਾ। ਅੱਜ ਸਰਕਾਰੀ ਹਸਪਤਾਲਾਂ 'ਚ ਇਲਾਜ ਕਰਵਾਉਣ ਕੌਣ ਜਾਂਦਾ? ਗਰੀਬ ਬੰਦਾ ਜਾਂਦਾ, ਪਿਛੜਿਆ ਬੰਦਾ ਜਾਂਦਾ। ਔਰ ਜਿਹੜੇ ਉਹਨਾਂ ਦੇ ਮੈਂ ਤੁਹਾਨੂੰ ਫੋਟੋ ਦਿਖਾਏ ਆ, ਜਿਹੜੇ ਉਹਨਾਂ ਨਾਲ ਜਿਸ ਤਰੀਕੇ ਦਾ ਇਲਾਜ ਹੋ ਰਿਹਾ, ਜਿਸ ਤਰੀਕੇ ਨਾਲ ਉੱਥੇ ਐਟੀਟਿਊਡ ਦਿਖਾਇਆ ਜਾ ਰਿਹਾ, ਜਿਸ ਤਰੀਕੇ ਨਾਲ ਉਹਨਾਂ ਨੂੰ ਅਟੈਂਡ ਕੀਤਾ ਜਾ ਰਿਹਾ, ਉਹ ਬੜੇ ਤਰਸਯੋਗ ਹੈ। ਅਸੀਂ ਮਾਨ ਸਾਹਿਬ ਦੀ ਸਰਕਾਰ ਉਹਨਾਂ ਨੂੰ ਬਿਹਤਰ ਕਰਨ ਵਿੱਚ ਲੱਗੀ ਹੋਈ ਆ। ਚੰਗੇ ਕਰਮ 'ਚ ਕਈ ਵਾਰ ਕੁਛ ਕਮੀਆਂ ਹੋ ਜਾਂਦੀਆਂ, ਨੋ ਡਾਊਟ, ਉਹਨਾਂ ਨੂੰ ਵੀ ਅਸੀਂ ਆਉਣ ਵਾਲੇ ਟਾਈਮ 'ਚ ਦੂਰ ਕਰਾਂਗੇ।